ਅਸਲਾਮ ਵਾਲੇਕਮ ਜੀ, ਅੱਜ ਅਸੀਂ ਬੱਚਿਆਂ ਨੂੰ ਲੈ ਕੇ ਜਾ ਰਹੇ ਹਾਂ ਬੀਚ ਦੇ ਉੱਤੇ। ਸਾਡੇ ਨਾਲ ਰਹਿਣਾ ਵਾ, ਵਲੌਗ ਮਿਸ ਨਹੀਂ ਕਰਨਾ। ਮਿਲਦੇ ਹਾਂ। ਅਸੀਂ ਪਹੁੰਚ ਗਏ ਹਾਂ ਜੀ ਸਟੋਕਟਨ ਟ੍ਰੇਨ ਸਟੇਸ਼ਨ 'ਤੇ। ਇੱਥੋਂ ਲੱਗਣੇ ਆ ਤਕਰੀਬਨ ਥੋਨਾਬੀ ਟ੍ਰੇਨ ਸਟੇਸ਼ਨ। ਇੱਥੋਂ ਬੱਚਿਆਂ ਨੂੰ ਡਿਸਕਾਊਂਟ ਮਿਲ ਰਿਹਾ ਵਾ। ਜਿਹੜੇ ਵੀ ਪੇਰੈਂਟਸ ਹੈ ਬੱਸਾਂ 'ਤੇ, ਟ੍ਰੇਨਾਂ 'ਤੇ, ਸਕੂਲ ਦੀਆਂ ਛੁੱਟੀਆਂ ਵਾ, ਬੱਚਿਆਂ ਨੂੰ ਡਿਸਕਾਊਂਟ ਹੈ। ਇੱਥੋਂ ਤਕਰੀਬਨ ਲੱਗੇਗਾ ਅੱਧਾ ਘੰਟਾ। 11:40 ਹੋ ਗਏ ਆ ਅਤੇ ਬਾਕੀ ਤੁਹਾਨੂੰ ਡਿਟੇਲ ਸ਼ੇਅਰ ਕਰਦੇ ਹਾਂ। ਇੱਥੋਂ ਲੱਗਣੇ ਆ ਜੀ ਸਾਨੂੰ ਤਕਰੀਬਨ ਕੋਈ 30-35 ਮਿੰਟਸ ਜੋ ਤਾਂ ਸੋਲਟ ਬਰਨ। ਫਿਰ ਉਸ ਤੋਂ ਬਾਅਦ ਵੋਕ ਕਰਕੇ ਅਸੀਂ ਈਜ਼ੀਲੀ ਬੀਚ 'ਤੇ ਪਹੁੰਚ ਸਕਦੇ ਹਾਂ। ਅਸੀਂ ਪਹੁੰਚ ਗਏ ਜੀ ਮਿਡਲਸਬਰਾ ਟ੍ਰੇਨ ਸਟੇਸ਼ਨ 'ਤੇ। ਇੱਕ ਸਟੋਪ ਹੈ ਇੱਥੇ। ਫਾਈਨਲੀ ਪਹੁੰਚ ਗਏ ਜੀ ਅਸੀਂ ਸੋਲਟ ਬਰਨ। ਇਹ ਸਟੇਸ਼ਨ ਹੈ ਜੀ। ਅਲਹਮਦੁਲਿਲਾ ਜੀ, ਫਾਈਨਲੀ ਅਸੀਂ ਪਹੁੰਚ ਗਏ ਜੀ ਸੋਲਟ ਬਰਨ ਬੀਚ। ਯੂ ਕੈਨ ਸੀ ਦ ਸੀ ਹੈ। ਅੱਗੇ ਤੁਹਾਨੂੰ ਨਜ਼ਾਰੇ ਦਿਖਾਉਂਦੇ ਹਾਂ। ਅਸੀਂ ਤਕਰੀਬਨ ਇੱਥੋਂ 60 ਫੀਟ ਦੇ ਉੱਤੇ ਹਾਂ। ਇਹ ਜੀ ਇੱਕ ਬੜਾ ਯੂਨੀਕ ਜਿਹਾ ਕੋਈ ਫਾਰਮ ਹੈ ਜਾਂ ਘਰ ਹੈ। ਐਗਜੈਕਟਲੀ ਔਨ ਦਾ ਬੀਚ। ਇਹ ਬਿਲਕੁਲ ਹੈ ਜੀ ਸਪਾ ਹੋਟਲ ਹੈ, ਬਿਲਕੁਲ ਬੀਚ ਦੇ ਉੱਤੇ ਆ।
ਇੱਥੇ ਫੂਡ ਸ਼ੂਟ ਸਾਰਾ ਕੁਛ ਮਿਲਦਾ ਵਾ, ਲੇਕਿਨ ਤੁਸੀਂ ਚੈੱਕ ਕਰਨਾ ਵਾ ਵੈਜੀਟੇਰੀਅਨ ਜਾਂ ਹਲਾਲ ਹੀ ਖਾਓ। ਸਪਾ ਹੋਟਲ ਹੈ ਜਾਂ ਜੋ ਵੀ ਆ, Mom, we're gonna go down back to the water, no? Yay! A dog in the water! Mommy, how is it that? I can see a dog in the water. Mommy! 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 ਜਾਣ ਤੋਂ ਪਹਿਲੇ ਮੈਂ ਕਿਹਾ ਬੱਚਿਆਂ ਨੂੰ ਪਹਿਲੇ ਆਈਸਕ੍ਰੀਮ ਲੈ ਦੇਈਏ ਨਾ, ਕਿਉਂਕਿ ਗਰਮੀ ਬਹੁਤ ਹੈ। ਜਿਹੜੇ ਬੰਦੇ ਸਰਫਸ ਦੇ ਸ਼ੌਕੀਨ ਹੈ, ਇਹ ਸਰਫਸ ਸਕੂਲ ਹੈ। ਇੱਥੇ ਤੁਹਾਨੂੰ ਅਸੈਸਰੀਜ਼ ਵਗੈਰਾ ਰੈਂਟ 'ਤੇ ਮਿਲਦੀਆਂ ਵਾ, ਨਾਲ ਉਹ ਤੁਹਾਨੂੰ ਲੈਸਨ ਵੀ ਦਿੰਦੇ ਆ, ਥੋੜ੍ਹੀ ਬਹੁਤ ਹੈਲਪ ਕਰਦੇ ਆ। ਤੁਸੀਂ ਇੱਥੋਂ ਰੈਂਟ 'ਤੇ ਲੈ ਸਕਦੇ ਹੋ। ਕਮੰਡੀ ਪੂਰਾ ਕਰੋ ਜੀ। ਜਿਹੜੇ ਬੰਦੇ ਇਨਡੋਰ ਜੌਬ ਕਰਦੇ ਆ, ਇੱਥੇ ਵਿਟਾਮਿਨ ਡੀ ਦੀ ਕਮੀ ਬਹੁਤ ਹੈ, ਬਾਲ ਝੜਦੇ ਆ ਸਾਰਾ ਕੁਛ, ਅਤੇ ਬਾਹਰ ਨਿਕਲਿਆ ਕਰੋ ਅਤੇ ਵਿਟਾਮਿਨ ਡੀ ਪੂਰਾ ਕਰੋ। ਫਾਈਨਲੀ ਅਸੀਂ ਚੱਲੇ ਹਾਂ ਜੀ ਘਰ। ਆਲਮੋਸਟ 3 ਘੰਟੇ, 3-3.5 ਘੰਟੇ ਆ ਇੱਥੇ ਗੁਜ਼ਾਰੇ ਆ। ਸਟਿਲ ਵੈਦਰ ਨਾਈਸ ਹੈ, ਕਿਉਂਕਿ ਗਰਮੀ ਹੈ। ਗਰਮੀ ਦੇ ਵਿੱਚ ਸ਼ਾਮ 7-8 ਵਜੇ ਤੱਕ ਸੂਰਜ ਰਹਿੰਦਾ। ਨਜ਼ਾਰਾ ਕਰੋ। ਥੈਂਕ ਯੂ।